ਹਰਿਆਣਾ ਚ ਇੱਕ ਵਾਰ ਫਿਰ ਕਮਲ ਦਾ ਫੋਲ ਖੇਲ ਚੁੱਕਿਆ ਤੇ ਜਿਸ ਤਰ੍ਹਾਂ ਪਿਛਲੇ ਦਿਨਾਂ ਕਾਫੀ ਐਕਸਾਈਟਮੈਂਟ ਸੀ ਲੋਕਾਂ ਨੂੰ ਵੀ ਕਿ ਕਿਸ ਤਰ੍ਹਾਂ ਕੌਣ ਸੀ ਜਿਹੜੀ ਪਾਰਟੀ ਹੈ ਉਹ ਆਉਣ ਵਾਲੀ ਹੈ ਕਿਉਂਕਿ ਕਾਂਗਰਸ ਵੱਲੋਂ ਵੀ ਪੂਰੀ ਹਵਾ ਦਿੱਤੀ ਗਈ ਸੀ ਕਿ ਇਸ ਵਾਰ ਬਿਲਕੁਲ ਚੇਂਜ ਹੋਣ ਵਾਲਾ ਲੇਕਿਨ ਕਹਿ ਸਕਦੇ ਹੈ ਕਿ ਅੱਜ 90 ਸੀਟਾਂ 'ਚ ਕਿਸ ਤਰ੍ਹਾਂ ਲਗਾਤਾਰ ਬੀਜੇਪੀ ਅੱਗੇ ਰਹੀ ਹੈ ਔਰ ਬਹੁਤ ਜ਼ਿਆਦਾ ਕਹਿ ਸਕਦੇ ਕਿ ਕੜਾ ਮੁਕਾਬਲਾ ਜਿਹੜਾ ਹੈ ਬੜਾ ਹੀ ਐਕਸਾਈਟਮੈਂਟ ਮੁਕਾਬਲਾ ਵੇਖਣ ਨੂੰ ਮਿਲਿਆ ਸਾਡੇ ਨਾਲ ਸੀਨੀਅਰ ਲੀਡਰ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਢਿੱਲੋਂ ਸਾਹਿਬ ਕਿਉਂਕਿ ਬਹੁਤ ਅਸਮੰਜਸ ਦੀ ਸਥਿਤੀ ਸੀ ਸਿਚੁਏਸ਼ਨ ਸੀ ਕਿਉਂਕਿ ਪਿਛਲੇ ਦਿਨਾਂ ਦੇਖਿਆ ਕਿ ਕਾਂਗਰਸ ਵੱਡੇ ਦਾਅਵੇ ਕਰ ਰਹੀ ਸੀ ਕਿ ਇਸ ਵਾਰ ਕਾਂਗਰਸ ਹੀ ਹਰਿਆਣਾ ਦੇ ਵਿੱਚ ਆਏਗੀ ਹੁਣ ਭਾਜਪਾ ਆ ਚੁੱਕੀ ਹੈ ਕਿਸ ਤਰ੍ਹਾਂ ਵੇ ਮਨੋਜੀ ਜੀ ਗੱਲ ਇਹ ਆ ਕਿ ਤੁਸੀਂ ਦੇਖੋ ਜਿਹੜੇ ਸਾਡਾ ਗਵਾਂਡੀ ਸੂਬਾ ਹਰਿਆਣਾ ਸਾਨੂੰ ਪਤਾ ਸੀ ਕਿ ਜੋ ਡਵੈਲਪਮੈਂਟ ਭਾਰਤੀ ਜਨਤਾ ਪਾਰਟੀ ਨੇ ਕੀਤੀ ਆ ਲੋਕੋ ਫਤਵਾ ਦੇਣਗੇ ਇਹਦੇ ਵਿੱਚ ਇਹ ਰਿਪੀਟ ਹੁੰਦਾ ਕਿ ਇੱਕ ਹਿਸਟਰੀ ਰਿਪੀਟ ਹੋਈ ਆ ਹਰਿਆਣੇ ਦੇ ਵਿੱਚ ਕਿ ਤਿੰਨ ਵਾਰੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਆ ਤੁਸੀਂ ਦੇਖ ਲਓ ਜਿਹੜੇ ਵੀ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਏਗੀ ਜਾਂ ਸੈਂਟਰ ਦੇ ਵਿੱਚ ਉਤੇ ਵੀ ਮੋਦੀ ਸਾਹਿਬ ਦੇ ਸਾਡੇ ਮਾਨਿਆ ਪ੍ਰਧਾਨ ਮੰਤਰੀ ਜੀ ਦੀ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਈ ਆ ਗੁਜਰਾਤ ਦੇ ਵਿੱਚ ਪੰਜਵੀਂ ਵਾਰ ਹੋਈ ਆ ਸੋ ਇਹ ਚੀਜ਼ ਇਹ ਦਰਸਾਉਂਦੀ ਆ ਕਿ ਭਾਰਤੀ ਜਨਤਾ ਪਾਰਟੀ ਵਿਕਾਸ ਦੇ ਨਾਲ ਕੰਮ ਕਰਦੀ ਆ ਹਰੇਕ ਵਰਗ ਦੇ ਲਈ ਕੰਮ ਕਰਦੀ ਆ ਚਾਹੇ ਉਹ ਗਰੀਬ ਹੋਵੇ ਚਾਹੇ ਉਹ ਕਿਸਾਨ ਹੋਵੇ ਚਾਹੇ ਉਹ ਵਪਾਰੀ ਹੋਵੇ ਕੋਈ ਵੀ ਵਰਗ ਹੋਵੇ ਹਰੇਕ ਵਰਗ ਦਾ ਧਿਆਨ ਰੱਖ ਕੇ ਭਾਰਤੀ ਜਨਤਾ ਪਾਰਟੀ ਕੰਮ ਕਰਦੀ ਔਰ ਦੂਜੇ ਪਾਸੇ ਜੀ ਆਪਾਂ ਕਾਂਗਰਸ ਦੀ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਕਿ ਬੜੇ ਦਾਅਵੇ ਕਰਦੇ ਸੀ ਕਾਂਗਰਸ ਦੀ ਸਰਕਾਰਾਂ ਵੇਲੇ ਜਿੱਥੇ ਵੀ ਕਾਂਗਰਸ ਸਰਕਾਰ ਹੋਈ ਆ ਉੱਥੇ ਇੱਕੋ ਗੱਲ ਹੋਈ ਆ ਕਿ ਉੱਥੇ ਸਕੈਮ ਹੋਏ ਨੇ ਉਹ ਸਕੈਮਾਂ ਦੀ ਸਰਕਾਰ ਮੰਨੀ ਜਾਂਦੀ ਆ ਇਹ ਡਵੈਲਪਮੈਂਟ ਤੇ ਵਿਕਾਸ ਦੀ ਸਰਕਾਰ ਮੰਨੀ ਜਾਂਦੀ ਆ ਲੇਕਿਨ ਭੁਪਿੰਦਰ ਸਿੰਘ ਗੁੱਡਾ ਇਹਨੂੰ ਐਲੀਗੇਸ਼ਨ ਲਾ ਰਹੇ ਨੇ ਸੁਰਜੀਤ ਵਾਲਾ ਐਲੀਗੇਸ਼ਨ ਲਾ ਰਹੇ ਨੇ ਕਿ ਇਲੈਕਸ਼ਨ ਕਮਿਸ਼ਨ ਦੀ ਕਿਤੇ ਨਾ ਕਿਤੇ ਧੰਦਲੀ ਹੋਈ ਆ ਜਿਸ ਕਰਕੇ ਕਾਫੀ ਦੇਰ ਜਿਹੜਾ ਹੈਗਾ ਉੱਥੇ ਰੁਕਣਾ ਪਿਆ ਰੀਜ਼ਨ ਕੀ ਰਿਹਾ ਹਾਲਾਂਕਿ ਉਹ ਸਾਰੇ ਪਹੁੰਚੇ ਨੇ ਪੋਲਿੰਗ ਸਟੇਸ਼ਨ ਜਿਹੜਾ ਰਿਜ਼ਲਟ ਹੋ ਰਿਹਾ ਉੱਥ ਕਿ ਇਹ ਜਿਵੇਂ ਪਹਿਲਾਂ ਇਲੈਕਟ੍ਰਿਕ ਮਸ਼ੀਨਾਂ ਨੂੰ ਕਹਿੰਦੇ ਸੀ ਜਿਹੜਿਆ ਕਾਊਂਟਿੰਗ ਮਸ਼ੀਨਾਂ ਨੇ ਜੇ ਤਾਂ ਜਿੱਤ ਜਾਣ ਤਾਂ ਮਸ਼ੀਨਾਂ ਠੀਕ ਆ ਜੇ ਜਿੱਤ ਜਾਣ ਤਾਂ ਪੋਲਿੰਗ ਸਟੇਸ਼ਨ ਠੀਕ ਆ ਜਦੋਂ ਹਾਰ ਹੋਵੇ ਜਿਹੜਾ ਹਾਰਦਾ ਉਹ ਰੂੰਡੀ ਪਾਉਂਦਾ ਪੰਜਾਬੀ ਵਿੱਚ ਕਹਿੰਦੇ ਕੋ ਰੋਲਾ ਹੀ ਪਾਉਣਾ ਹੋ ਰੋਲਾ ਪਾਉਣ ਤੋਂ ਬਗੈਰ ਉਹਦੇ ਕੋਲ ਹੱਕ ਕੋਈ ਨਹੀਂ ਇਹ ਲੋਕਾਂ ਨੇ ਫਤਵਾ ਦਿੱਤਾ ਕਿ ਐਸ ਵੇਲੇ ਅਸੀਂ 51 ਸੀਟਸ ਦੇ ਉੱਪਰ ਲੀਡ ਕਰ ਰਹੇ ਹਾਂ ਚਾਰ ਸੀਟਾਂ ਦੇ ਉੱਪਰ ਜਿੱਤ ਚੁੱਕੇ ਹਾਂ ਅਸੀਂ ਤੇ ਲੇਕਿਨ ਸਰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਡਵੈਲਪਮੈਂਟ ਦੀ ਤੁਸੀਂ ਗੱਲ ਕਰ ਰਹੇ ਹੋ ਬੇਸਿਕ ਕਮਿਊਨਿਟੀਜ਼ ਲੋਕਾਂ ਨੂੰ ਪਿੰਡਾਂ ਦੇ ਲੋਕ ਨੇ ਜਾਂ ਸ਼ਹਿਰੀ ਲੋਕ ਨੇ ਉਹਨਾਂ ਨੂੰ ਡਵੈਲਪਮੈਂਟ ਵਿਕਾਸ ਬੇਸਿਕ ਕਮਿਊਨਿਟੀਜ਼ ਜਿਹੜੀ ਹੈਗੀ ਮਿਲਨੇ ਚਾਹੀਦੀ ਹੈ ਜੇ ਆਪਾਂ ਥੋੜਾ ਜਿਹਾ ਹਿਸਟਰੀ ਜਾਈਏ ਭਾਜੀਪੀ ਦੀ ਅਸੀਂ ਗੱਲ ਕਰ ਲਈਏ ਕਾਫੀ ਚੀਜ਼ਾਂ ਤੇ ਜਿਹੜੀ ਹੈਗੀ ਲੋਕਾਂ ਦੇ ਨਾਲ ਮੁਲਾਕਾਤ ਹੋਈ ਹੈ ਲੀਡਰਸ ਉੱਤੇ ਪਹੁੰਚੇ ਖੁਦ ਜਿਹੜੇ ਸੀਨੀਅਰ ਲੀਡਰਸ਼ਿਪ ਉੱਤੇ ਪਹੁੰਚੀ ਹੈ ਲੇਕਿਨ ਕਿਤੇ ਨਾ ਕਿਤੇ ਕਾਂਗਰਸ ਲਗਾਤਾਰ ਇਲਜ਼ਾਮ ਲਾਂਦੀ ਰਹੀ ਕਿ ਭਾਜੀਪੀ ਨੇ ਆਖਿਰ ਕੀਤਾ ਕੀ ਅਸਲ ਜਿਹੜਾ ਇਹ ਮੀਡੀਆ ਦੇ ਵਿੱਚ ਤੇ ਇਧਰ ਉਧਰ ਬਹੁਤ ਐਕਸਪਰਟ ਨੇ ਗੱਲਾਂ ਕਰਨ ਚ ਪਰ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿੱਥੇ ਵੀ ਕਾਂਗਰਸ ਦੀ ਸਰਕਾਰ ਹੋਈ ਉੱਥੇ ਸਕੈਮ ਹੋਏ ਉੱਥੇ ਕੰਮ ਨਹੀਂ ਹੋਇਆ ਉੱਥੇ ਡਿਵੈਲਪਮੈਂਟ ਨਹੀਂ ਹੋਈ ਇਹ ਐਕਚੁਅਲੀ ਜੋ ਫਤਵਾ ਦੇਣਾ ਹੁੰਦਾ ਲੋਕ ਦਿੰਦੇ ਆ ਇਹ ਜੋ ਡੈਮੋਕ੍ਰੇਸੀ ਦੇ ਵਿੱਚ ਲੋਕ ਦੱਸਦੇ ਆ ਵੀ ਕਿਹੜੀ ਸਰਕਾਰ ਚੰਗੀ ਆ ਜਿਹੜੀ ਸਰਕਾਰ ਬਾਰ ਬਾਰ ਰਿਪੀਟ ਹੋ ਰਹੀ ਆ ਭਾਰਤੀ ਜਨਤਾ ਪਾਰਟੀ ਉਹ ਸਿਰਫ ਐਸੇ ਕਰਕੇ ਹੋ ਰਹੀ ਆ ਕਿ ਹਿੰਦੁਸਤਾਨ ਦੇ ਵਿੱਚ ਅਨਪ੍ਰੈਸੀਡੈਂਟ ਡਿਵੈਲਪਮੈਂਟ ਹੋਈ ਆ ਜਿਹੜਾ ਅਮਰੀਕਾ ਵੀ ਮੰਨਦਾ ਜਰਮਨ ਵੀ ਮੰਨਦਾ ਆਸਟ੍ਰੇਲੀਆ ਵੀ ਮੰਨਦਾ ਜੋ ਸਾਡੇ ਨਰਿੰਦਰ ਮੋਦੀ ਸਾਡੇ ਆਦਰਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਕੀਤਾ ਉਹ ਦੁਨੀਆਂ ਕੋਈ ਨਹੀਂ ਕਰ ਸਕਦਾ ਦੇਖੋ ਬੱਟੇਲੋ ਸਾਹਿਬ ਤੁਸ ਤੁਹਾਨੂੰ ਲੱਗਦਾ ਹੈ ਕਿ ਪੰਜਾਬ 'ਤੇ ਅਸਰ ਪਏਗਾ ਕਿਉਂਕਿ ਹਰਿਆਣਾ 'ਚ ਓਬਵੀਅਸਲੀ ਇਨੀ ਵੱਡੀ ਜਿੱਤ ਹੋਈ ਹੈ ਬੀਜੇਪੀ ਦੇ ਤੇ ਪੰਜਾਬ ਕਿਸ ਤਰ੍ਹਾਂ ਵੇਖਦੇ ਪੰਜਾਬ 'ਚ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਜੀ ਸਾਡੀ ਜਿਮਨੀ ਚੌਣ ਹੋ ਰਹੀ ਆ ਜਿਮਨੀ ਚੌਣ ਦੇ ਵਿੱਚ ਸਾਡੇ ਬਰਨਾਲੇ ਦੇ ਵਿੱਚ ਲੋਕ ਇਹੀ ਕਮਲ ਦਾ ਫੁੱਲ ਖਿਲਾਉਣਗੇ ਔਰ ਜਿਹੜੀ ਮੌਜੂਦਾ ਸਰਕਾਰ ਆ ਜਿਵੇਂ ਹਰਿਆਣਾ ਦੇ ਵਿੱਚ ਹੋਇਆ ਤੁਸੀਂ ਦੇਖ ਲਓ ਇਸ ਵੇਲੇ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੋਲਿਆ 0 ਕਹਿੰਦੇ ਸੀ 90 ਦੇ 90 ਸੀਟਾਂ ਲਾਵਾਂਗੇ ਇੱਕ ਸੀਟ ਨਹੀਂ ਹੋਈ ਇਹ ਲੋਕ ਬਰਨਾਲੇ ਦੇ ਵਿੱਚ ਵੀ ਸਾਡੇ ਕਮਲ ਦਾ ਫੁੱਲ ਖਿਲੇਗਾ ਇਹ ਲੋਕ ਖਲਾਉਣਗੇ ਲੋਕਾਂ ਨੂੰ ਸਮਝ ਆ ਗਈ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਸਰਕਾਰ ਆ ਜੇ ਸੈਂਟਰ ਦੀ ਸਰਕਾਰ ਨਾਲ ਜਿਹੜਾ ਸੂਬਾ ਸਰਕਾਰ ਬਣਾਏਗਾ ਉੱਥੇ ਤਰੱਕੀ ਹੋਏਗੀ ਸਾਡੀ ਜਿਮਨੀ ਚੌਂਂ ਦੇ ਵਿੱਚ ਬਰਨਾਲੇ ਦੇ ਵਿੱਚ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਲੋਕ ਕਮਲ ਦਾ ਫੁੱਲ ਖਲਾਉਣਗੇ ਜਿਮਨੀ ਚੌਂਂ ਦੀ ਤੁਸੀਂ ਗੱਲ ਕੀਤੀ ਤੁਸੀਂ ਖੁਦ ਖੜੇ ਹੋ ਰਿਓ ਇਹ ਗੱਲ ਚਰਚਾ ਵਾਲੀ ਦੇਖੋ ਗੱਲ ਇਹ ਆ ਕਿ ਮੈਂ ਨਹੀਂ ਕਹਿ ਸਕਦਾ ਮੈਂ ਖੜਾ ਹੋ ਰਿਹਾ ਖੜਾ ਤਾਂ ਜੋ ਪਾਰਟੀ ਕਹੇਗੀ ਉਹ ਇਲੈਕਸ਼ਨ ਲੜੇਗਾ ਪਰ ਮੈਂ ਦੋ ਵਾਰ ਹੀ ਐਮਐਲਏ ਰਹਿ ਚੁੱਕਿਆ ਮੈਂ ਪਹਿਲਾਂ ਵੀ ਕਿਹਾ ਕਿ ਜਿਹੜਾ ਬਰਨਾਲਾ ਉਹ ਮੇਰੀ ਜਨਮ ਭੂਮੀ ਤੇ ਮੇਰੀ ਕਰਮ ਭੂਮੀ ਆ ਬਰਨਾਲੇ ਦੇ ਲੋਕ ਮੈਨੂੰ ਪਿਆਰ ਕਰਦੇ ਆ ਮੈਂ ਬਰਨਾਲੇ ਦੇ ਲੋਕਾਂ ਨੂੰ ਪਿਆਰ ਕਰਦਾ ਮੈਂ ਹਮੇਸ਼ਾ ਬਰਨਾਲੇ ਦੀ ਡਿਵੈਲਪਮੈਂਟ ਲਈ ਜ਼ਿਲ੍ਹੇ ਬਣਾਉਣ ਤੋਂ ਲੈ ਕੇ ਹੁਣ ਤੱਕ ਜੋ ਅਸੀਂ ਬਰਨਾਲੇ 'ਚ ਕੀਤਾ ਉਹ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਹੋਰ ਕਿਸੇ ਵੀ ਸ਼ਹਿਰ ਵਿੱਚ ਕੀਤਾ ਹੋਵੇਗਾ ਤਾਨੂੰ ਲੱਗਦਾ ਹੈ ਕਿ ਪੰਜਾਬ ਚ ਹੁਣ ਆਉਣ ਵਾਲੇ ਸਮੇਂ ਚ ਕਿਸ ਤਰ੍ਹਾਂ ਦੀ ਸਿਚੁਏਸ਼ਨ ਕਿਉਂਕਿ ਜੈਸੀ ਗੱਲ ਕਰ ਲਈਏ ਵੱਡੇ ਵੱਡੇ ਇਲਜ਼ਾਮ ਲੱਗਦੇ ਨੇ ਬੀਜੇਪੀ ਤੇ ਆਮ ਆਦਮੀ ਪਾਰਟੀ ਵੱਲੋਂ ਲਾਈ ਜਾਂਦੇ ਨੇ ਕਾਂਗਰਸ ਵੱਲੋਂ ਲਾਈ ਜਾਂਦੇ ਨੇ ਦੂਜੇ ਪਾਸੇ ਕਿਸਾਨ ਜਿਹੜੇ ਸੜਕਾਂ ਤੇ ਬੈਠੇ ਨੇ ਉਹ ਕਿਸ ਤਰ੍ਹਾਂ ਬੀਜੇਪੀ ਜਿਹੜੀ ਉਹਨੂੰ ਕਵਰ ਕਰੂ ਦੇਖੋ ਗੱਲ ਇਹ ਹੈ ਕਿ ਇਸ ਵੇਲੇ ਜਿਵੇਂ ਤੁਸੀਂ ਕਹਿੰਨਾ ਇਲਜ਼ਾਮ ਬੀਜੇਪੀ ਤੇ ਨਹੀਂ ਇਲਜ਼ਾਮ ਲੱਗ ਰਿਹਾ ਆਮ ਆਦਮੀ ਪਾਰਟੀ ਤੇ ਚਾਹੇ ਉਹ ਲਾਉਣ ਆਰਡਰ ਦੀ ਸਿਚੁਏਸ਼ਨ ਹੋਵੇ ਚਾਹੇ ਉਹ ਬਿੱਤੀ ਮਾਲ ਜਿਹੜਾ ਕਰਜ਼ਾ ਲੈ ਲੈ ਕੇ ਬਿਜਲੀ ਦੇਈ ਜਾ ਰਹੇ ਆ ਇਸ ਵੇਲੇ ਗੈਂਗਸਟਰ ਜਿਹੜੇ ਆ ਲੁੱਟ ਖੋਹਾਂ ਦੇ ਕੰਮ ਪੰਜਾਬ ਦੇ ਵਿੱਚ ਸਭ ਤੋਂ ਮਾੜੀ ਸਰਕਾਰ ਜੇ ਸਾਹਤ ਹੋਈ ਆ ਤੋਂ ਆਮ ਆਦਮੀ ਪਾਰਟੀ ਦੀ ਆ ਇਸ ਵੇਲੇ ਲੋਕੀ ਤਰੇ ਤਰੇ ਕਰਦੇ ਆ ਲੋਕੀ ਘਰੋਂ ਨਿਕਲਣ ਤੋਂ ਬਾਅਦ ਅਸੀਂ ਖਬਰਾਂ ਪੜ੍ਹਦੇ ਆ ਕਿ ਲੋਕਾਂ ਨੇ ਇਹ ਖਬਰ ਕੱਢਤੀ ਜਿਹੜੇ ਲੁਟੇਰੇ ਆ ਜਿਹੜੇ ਲੋਕੀ ਲੁੱਟਦੇ ਆ ਕਿ ਜੇ ਤੁਸੀਂ ਘਰੋਂ ਨਿਕਲਣਾ ਤਹ 1500 ਰੁਪਏ ਆਪਦੀ ਜੇਬ ਚ ਪਾ ਕੇ ਨਿਕਲੋ ਜੀ ਅਸੀਂ ਤੁਹਾਨੂੰ ਲੁੱਟੀਏ ਇਹ ਨਾ ਹੋਵੇ ਤੁਸੀਂ ਖਾਲੀ ਹੋ ਜੋ ਇਹ ਕਦੇ ਤੁਸੀਂ ਸੁਣਿਆ ਸੀ ਆ ਤੁਸੀਂ ਦੇਖ ਲਓ ਕੱਲ ਹੀ ਮੈਂ ਤੁਹਾਡੇ ਚੈਨਲ ਤੇ ਦੇਖ ਰਿਆ ਸੀਗਾ ਕਿ ਇੱਕ ਜਿੱਤਿਆ ਆਦਮੀ ਉਹਨੂੰ ਗੋਲੀ ਮਾਰਤੀ ਕਦੇ ਇੰਨਾ ਲਾਅਨ ਆਰਡਰ ਇੰਨਾ ਖਰਾਬ ਮੈਂ ਕਦੇ ਪੰਜਾਬ ਚ ਨਹੀਂ ਦੇਖਿਆ ਜਿਹੜੀ ਇਸ ਵੇਲੇ ਪੰਜਾਬ ਦੀ ਸਥਿਤੀ ਉਹ ਬਹੁਤ ਮਾੜੀ ਆ ਤੁਸੀਂ ਲਾਅਨ ਆਰਡਰ ਦੀ ਗੱਲ ਕਰ ਰਹੇ ਹੋ ਦੋ ਇਨਸੀਡੈਂਟ ਹੋ ਕੇ ਜਲਾਲਾਬਾਦ ਦੀ ਅਸੀਂ ਗੱਲ ਕਰ ਲਈ ਪੱਟੀ ਚ ਕਲ ਮਰਡਰ ਹੋ ਗਿਆ ਆਮ ਆਦਮੀ ਪਾਰਟੀ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਹੁਣ ਅਸੀਂ ਤਾਂ ਖੁਦ ਵਿਕਟਿਮ ਐ ਸਾਡੇ ਬੰਦੇ ਮਾਰੇ ਜਾ ਰਹੇ ਨੇ ਤੇ ਲਾਅ ਐਂਡ ਆਰਡਰ ਤਾਂ ਅਸੀਂ ਦੇਖ ਹੀ ਰਹੇ ਲੇਕਿਨ ਦੂਜੇ ਪਾਸੇ ਜਿਹੜੀ ਦੂਜੀ ਪਾਰਟੀਆਂ ਐ ਚਾਹੇ ਉਹ ਬੀਜੇਪੀ ਹੋਵੇ ਚਾਹੇ ਉਹ ਕਾਲੀ ਹੋਵੇ ਚਾਹੇ ਉਹ ਕਾਂਗਰਸ ਹੋਵੇ ਇਹ ਸਾਰੇ ਕਰਵਾ ਰਹੇ ਨੇ ਔਰ ਇਹਨਾਂ ਨੇ ਗੁੰਡੇ ਪਾਲੇ ਹੋਏ ਨੇ ਗੁੰਡਾਗਰਦੀ ਜਿਹੜੀ ਆ ਕਰਾਂਦੇ ਇਹ ਮਨੋਜੀ ਜੀ ਤੁਹਾਨੂੰ ਵੀ ਪਤਾ ਕਿ ਜੋ ਤਾਂਦਲੀ ਇਸ ਪੰਚਾਇਤ ਇਲੈਕਸ਼ਨ ਚ ਹੋਈ ਆ ਮੈਨੂੰ ਨਹੀਂ ਲੱਗਦਾ ਹਿਸਟਰੀ ਕਦੇ ਵੀ ਹੋਈ ਹੋਵੇਗੀ ਸਾਰੇ ਜਿਹੜੇ ਦੂਜੀਆਂ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਆ ਚਾਹੇ ਉਹ ਕਾਲੀ ਆ ਚਾਹੇ ਬੀਜੇਪੀ ਆ ਕੋਈ ਵੀ ਪਾਰਟੀ ਆ ਸਾਰਿਆਂ ਦੇ ਨੁਮ ਸਿਰਫ ਆਮ ਆਦਮੀ ਪਾਰਟੀ ਦੇ ਪੇਪਰ ਰੋਕੇ ਔਰ ਇਹਨਾਂ ਦੇ ਆਪਣੇ ਐਮਐਲਏ ਨੇ ਕੋਲੇ ਬੈਠ ਬੈਠ ਕੇ ਅਫਸਰ ਸਹਿਬਾਨ ਤੋਂ ਪੇਪਰ ਕਰਾਏ ਜਿਹੜੇ ਸਾਡੇ ਉਮੀਦਵਾਰ ਸੀ ਉਹ 12-12 ਘੰਟੇ ਬਹਿ ਕੇ ਉੱਠ ਕੇ ਅਗਲੇ ਦਿਨ ਫੇਰ ਬਹਿ ਕੇ ਉਹਨਾਂ ਦੇ ਪੇਪਰ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਤਾਂ ਉਹਨਾਂ ਨੂੰ ਐਨੋਕਸੀ ਨਹੀਂ ਦਿੱਤੀ ਗਈ ਜਾਂ ਉਹਨਾਂ ਦੇ ਪੇਪਰ ਕੈਨਸਲ ਕਰ ਦਿੱਤੇ ਗਏ ਲੇਕਿਨ ਆਮ ਆਦਮੀ ਪਾਰਟੀ ਤਾਂ ਕਹਿ ਰਹੀ ਹੈ ਕਿ ਪੂਰੇ ਲਾਅ ਐਂਡ ਆਰਡਰ ਦੇ ਹਿਸਾਬ ਨਾਲ ਔਰ ਪੂਰੇ ਟਰਾਂਸਪਰੈਂਟ ਤਰੀਕੇ ਨਾਲ ਹੀ ਕੰਮ ਕੀਤਾ ਜਾ ਰਿਹਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਪੁੱਛੋ ਜੀ ਇਸ ਵੇਲੇ ਪੰਜਾਬ ਦੇ ਪਿੰਡਾਂ ਜਾ ਕੇ ਦੇਖੋ ਕਿ ਦੇਖੋ ਜਿਹੜੀ ਪੰਚਾਇਤੀ ਰਾਜ ਹੁੰਦੀ ਹੈ ਮੁੱਢਲੀ ਡੈਮੋਕ੍ਰੇਸੀ ਦਾ ਇੱਕ ਮੁੱਢ ਹੁੰਦਾ ਇਹਦੇ ਵਿੱਚ ਪੰਚਾਇਤ ਨੂੰ ਜਿਹੜੇ ਪਿੰਡ ਵਾਲੇ ਲੋਕ ਆ ਆਪਾਂ ਉਹਨਾਂ ਨੂੰ ਅਧਿਕਾਰ ਦਿੰਨੇ ਆ ਉਹ ਆਪਦੀ ਮਰਜ਼ੀ ਨਾਲ ਜਿਹਨੂੰ ਮਰਜ਼ੀ ਚੁਣ ਲੈਣ ਸੋ ਜਦੋਂ ਉਹ ਪਿੰਡ ਦੇ ਕੋਈ ਸਰਵਸੰਮਤੀ ਨਾਲ ਵੀ ਚੁਣਿਆ ਜਾਵੇ ਤਾਂ ਇਹ ਉਹਦੇ 'ਚ ਧਾਂਦਲੇ ਰੌਲਾ ਪਾ ਲੈਂਦੇ ਆ